ਪੰਜਾਬ ਦੇ ਅੰਦਰ ਕਿਸੇ ਕੋਲ ਭਾਵੇਂ ਮੋਟਰਸਾਈਕਲ ਹੈ ਸਕੂਟਰ ਹੈ ਸਕੂਟੀ ਹੈ ਟਰੈਕਟਰ ਹੈ ਕਾਰ ਹੈ ਜਾਂ ਟਰੱਕ ਹੈ ਜਾਂ ਕੋਈ ਹੋਰ ਵਾਹਨ ਹੈ ਜਿੰਨੇ ਵੀ ਸਾਧਨ ਹੈ ਉਹਨਾਂ ਲਈ ਬਹੁਤ ਹੀ ਜ਼ਰੂਰੀ ਖਬਰ ਹੈ 30 ਜੂਨ ਤੱਕ ਦਾ ਉਹਨਾਂ ਲਈ ਸਮਾਂ ਦਿੱਤਾ ਗਿਆ ਹੈ ਖਬਰ ਇਹ ਹੈ ਕਿ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਹੈ ਜਿਹੜੇ ਫੈਸਲੇ ਦੇ ਵਿੱਚ ਇੱਕ ਗੱਲ ਆਖਰੀ ਨੋਟਿਸ ਜਾਰੀ ਕਰ ਦਿੱਤਾ ਗਿਆ ਕਿ 30 ਜੂਨ ਤੱਕ ਦਾ ਤੁਹਾਡੇ ਕੋਲ ਸਮਾਂ ਹੈ 30 ਜੂਨ ਦੇ ਅੰਦਰ ਅੰਦਰ ਜੇਕਰ ਤੁਸੀਂ ਇਹ ਸ਼ਰਤ ਪੂਰੀ ਨਾ ਕੀਤੀ ਤੇ ਤੁਹਾਡੇ ਜਿਹੜੇ ਜਿੰਨੇ ਵੀ ਸਾਧਨ ਨੇ ਉਹ ਸਾਧਨਾਂ ਦੇ ਹਿਸਾਬ ਦੇ ਨਾਲ ਚਲਾਨ ਕੱਟੇ ਜਾਣਗੇ ਪਹਿਲਾ ਚਲਾਨ ਹੈ ਜਿਹੜਾ ਉਹੀ 2000 ਰੁਪਏ ਦੇ ਵਿੱਚ ਪੈਣਾ ਹੈ ਫੇਰ ਵੀ ਬਾਜ਼ ਨਾ ਆਏ ਤਾਂ ਅਗਲਾ ਅਗਲੀ ਵਾਰੀ ਜਿਹੜਾ ਉਸੇ ਦੇ ਸ਼ਰਤ ਦੇ ਤਹਿਤ ਚਲਾਨ ਕੱਟਿਆ ਗਿਆ ਤੇ ਉਹ ਰਾਸ਼ੀ ਆ ਜਿਹੜੀ ਹੋਰ ਵੱਧ ਜਾਣੀ ਹੈ ਤਾਂ ਇਹ ਚਲਾਨ ਤੋਂ ਬਚਣ ਦੇ ਲਈ ਕਿਉਂਕਿ ਪੰਜਾਬ ਸਰਕਾਰ ਨੇ ਵਿਵਾਂਤ ਬਣਾ ਲਈ ਹੈ ਇਸ ਮਸਲੇ ਦੇ ਵਿੱਚ ਟ੍ਰੈਫਿਕ ਨਿਜਮ ਲਾਗੂ ਕਰਵਾਉਣ ਦੇ ਲਈ ਵੀ ਜਿੱਥੇ ਸਖਤ ਰੂਲ ਕਰ ਦਿੱਤੇ ਗਏ ਸੀ ਮੋٹے-ਮੋٹے ਜੁਰਮਾਨੇ ਵਸੂਲੇ ਜਾਂਦੇ ਨੇ ਚਲਾਨ ਕੱਟੇ ਜਾਂਦੇ ਨੇ ਤਾਂ ਹੁਣ ਇੱਕ ਸਖਤ ਹਦਾਇਤ ਕੀ ਦਿੱਤੀ ਗਈ ਹੈ ਆਖਰੀ ਨੋਟਿਸ ਹੀ ਜਾਰੀ ਕੀਤਾ ਗਿਆ ਤੂੰ 30 ਜੂਨ ਤੱਕ ਦਾ ਕਿ 30 ਜੂਨ ਤੱਕ ਜੇਕਰ ਤੁਸੀਂ ਇਹ ਸ਼ਰਤ ਪੂਰੀ ਕਰ ਲਓਗੇ ਤਾਂ ਠੀਕ ਹੈ ਨਹੀਂ ਤਾਂ ਫਿਰ ਚਲਾਨ ਕਟਵਾਉਣ ਦੇ ਲਈ ਤਿਆਰ ਹੋ ਜਾਓ ਦਰਅਸਲ ਗੱਲ ਕਰ ਰਹੇ ਹਾਂ ਜਿਹੜੀ ਹਾਈ ਸਕਿਉਰਟੀ ਰਜਿਸਟ੍ਰੇਸ਼ਨ ਪਲੇਟ ਹੁੰਦੀ ਹੈ ਐਚ ਐਸ ਆਰ ਪੀ ਜੇਕਰ 30 ਜੂਨ ਤੱਕ ਕਿਸੇ ਵੀ ਸਾਧਨ ਦੇ ਉੱਤੇ ਨਾ ਲਗਵਾ पाए ਜੇ ਅਪਲਾਈ ਵੀ ਨਹੀਂ ਕਰ पाए ਤਾਂ ਫਿਰ ਤੁਹਾਡੇ ਚਲਾਨ ਲਾਜ਼ਮੀ ਤੌਰ ਤੇ ਕੱਟੇ ਜਾਣਗੇ ਤੁਸੀਂ ਚਾਹੇ ਕਿਸੇ ਵੀ ਨਾਕੇ ਤੋਂ ਗੁਜ਼ਰ ਰਹੇ ਹੋ ਪਿੰਡ ਸ਼ਹਿਰ ਦੇ ਵਿੱਚੋਂ ਜਾ ਰਹੇ ਹੋ ਜੇ ਕਿਤੇ ਨਾਕਾ ਲੱਗਿਆ ਹੋਇਆ ਚਾਹੇ ਦਿਹਾਤੀ ਖੇਤਰ ਚ ਚਾਹੇ ਸ਼ਹਿਰੀ ਖੇਤਰ ਚ ਉੱਥੇ ਫਿਰ ਇਹ ਚਲਾਨ ਕੱਟਿਆ ਜਾ ਸਕਦਾ ਹੈ ਪੰਜਾਬ ਸਰਕਾਰ ਨੇ ਇਸ ਦੀ ਫੀਸ ਕਿੰਨੀ ਰੱਖੀ ਹੋਈ ਹੈ ਕਿਹੜੇ ਵਹੀਕਲ ਦੇ ਉੱਤੇ ਕਿਹੜੇ ਸਾਧਨ ਤੇ ਕਿੰਨੀ ਫੀਸ ਹੈ ਜੇਕਰ ਕਿਸੇ ਦਾ ਹਾਈ ਸਕਿਉਰਿਟੀ ਰਜਿਸਟ੍ਰੇਸ਼ਨ ਪਲੇਟ ਨਹੀਂ ਹੈ ਉਸ ਬਾਰੇ ਵੀ ਜਾਣਕਾਰੀ ਦੇਾਂਗੇ ਆਖਰੀ ਮਿਤੀ ਦੇ ਬਾਰੇ ਵੀ ਦੱਸ ਦਿੱਤਾ ਗਿਆ ਤੇ ਤੁਸੀਂ ਅਪਲਾਈ ਕਿਵੇਂ ਕਰ ਸਕਦੇ ਹੋ ਹਾਈ ਸਕਿਉਰਿਟੀ ਰਜਿਸਟ੍ਰੇਸ਼ਨ ਪਲੇਟ ਇਸ ਬਾਰੇ ਵੀ ਜਾਣਕਾਰੀ ਦਿੰਨੇ ਆ ਪੰਜਾਬ ਸਰਕਾਰ ਨੇ ਰਾਜ ਦੇ ਸਾਰੇ ਵਾਹਨ ਮਾਲਕਾਂ ਲਈ ਆਪਣੇ ਵਾਹਨਾਂ ਤੇ ਉੱਚ ਸੁਰੱਖਿਅਤ ਰਜਿਸਟ੍ਰੇਸ਼ਨ ਪਲੇਟ ਯਾਨੀ ਕਿ ਐਚਐਸਆਰਪੀ ਲਗਾਉਣ ਦੀ ਸਮਾਂ ਸੀਮਾ 31 ਜੂਨ ਤੱਕ ਵਧਾਈ ਹੈ ਸਾਰੇ ਵਾਹਨ ਮਾਲਕਾਂ ਲਈ ਪਲੇਟਾਂ ਲਗਾਉਣ ਦਾ ਆਖਰੀ ਮੌਕਾ ਹੋਵੇਗਾ ਇਸ ਤੋਂ ਬਾਅਦ ਤਰੀਕ ਨਹੀਂ ਵਧਾਈ ਜਾਵੇਗੀ ਇਹ ਸਟੇਟ ਟਰਾਂਸਪੋਰਟ ਕਮਿਸ਼ਨਰ ਦੇ ਵੱਲੋਂ ਪੰਜਾਬ ਵੱਲੋਂ ਅੰਤਿਮ ਨੋਟਿਸ ਜਾਰੀ ਕੀਤਾ ਗਿਆ ਹੈ ਜੇਕਰ ਤੁਸੀਂ ਵੀ ਆਪਣੇ ਵਾਹਨ ਲਈ ਹਾਈ ਸਕਿਉਰਿਟੀ ਨੰਬਰ ਪਲੇਟ ਹਾਲੇ ਤੱਕ ਨਹੀਂ ਲਗਾਈ ਤਾਂ ਚਲਾਨ ਤੋਂ ਬਚਣ ਲਈ 30 ਜੂਨ ਤੱਕ ਦਾ ਤੁਹਾਡੇ ਕੋਲ ਸਮਾਂ ਹੈ ਉਸ ਤੋਂ ਬਾਅਦ ਪਹਿਲਾ ਚਲਾਨ 2000 ਰੁਪਏ ਦਾ ਦੂਜਾ ਚਲਾਨ 5000 ਰੁਪਏ ਦਾ ਹੋਵੇਗਾ ਪੰਜਾਬ ਟ੍ਰੈਫਿਕ ਪੁਲਿਸ 1 ਜੁਲਾਈ ਤੋਂ ਇਹ ਮੁਹਿੰਮ ਸ਼ੁਰੂ ਕਰ ਦੇਵੇਗੀ ਬਿਨਾ ਹਾਈ ਸਕਿਉਰਿਟੀ ਨੰਬਰ ਪਲੇਟ ਵਾਲਿਆਂ ਦੇ ਚਲਾਨ ਵੱਡੇ ਪੱਧਰ ਤੇ ਕੱਟੇ ਜਾਣ ਦੀ ਸੰਭਾਵਨਾ ਹੈ ਕਿਉਂਕਿ ਬਹੁਤੇ ਵਹੀਕਲ ਆਉਂਦੇ ਜਾਂਦੇ ਆ ਦੇਖੇ ਜਾ ਸਕਦੇ ਨੇ ਜਿਨ੍ਹਾਂ ਦੇ ਮੋਟਰਸਾਈਕਲਾਂ ਤੇ ਸਕੂਟਰਾਂ ਤੇ ਕਾਰਾਂ ਤੇ ਟਰੈਕਟਰਾਂ ਤੇ ਜਾਂ ਹੋਰ ਸਾਧਨਾਂ ਦੇ ਉੱਤੇ ਹਾਈ ਸਕਿਉਰਿਟੀ ਨੰਬਰ ਪਲੇਟਾਂ ਨਹੀਂ ਲਗੀਆਂ ਹੁੰਦੀਆਂ ਸਟੇਟ ਟਰਾਂਸਪੋਰਟ ਕਮਿਸ਼ਨਰ ਵੱਲੋਂ ਨੋਟਿਸ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਐਸਟੀਸੀ ਨੇ ਕਿਹਾ ਕਿ ਕੇਂਦਰੀ ਮੋਟਰ ਵਾਹਨ ਨਿਯਮ 1999 ਦੇ ਨਿਯਮ 50 ਦੇ ਅਨੁਸਾਰ ਵਾਨਾਂ ਦੀਆਂ ਸਾਰੀਆਂ ਸ਼੍ਰੇਣੀਆਂ ਚਾਹੇ ਦੋ ਪਹੀਆ ਵਾਹਨ ਨੇ ਤਿੰਨ ਪਹੀਆ ਵਾਹਨ ਨੇ ਲਾਈਨ ਮੋਟਰ ਵਹੀਕਲ ਨੇ ਯਾਤਰੀਕਾਰਾਂ ਨੇ ਚਾਹੇ ਉਹ ਕਮਰਸ਼ੀਅਲ ਨੇ ਤੇ ਚਾਹੇ ਦੂਜੀਆਂ ਨੇ ਭਾਰੀ ਵਪਾਰਕ ਜਿਹੜੇ ਵਾਹਨ ਨੇ ਖਾਸ ਕਰਕੇ ਜਿਨ੍ਹਾਂ ਦੀ ਢੋਆ ਢਵਾਈ ਦੇ ਲਈ ਵਰਤੇ ਜਾਂਦੇ ਨੇ ਜਾਂ ਟਰੈਕਟਰ ਨੇ ਉਹਨਾਂ ਦੇ ਲਈ ਐਚਐਸਆਰਪੀ ਫਿੱਟ ਹੋਣਾ ਜ਼ਰੂਰੀ ਹੋਵੇਗਾ ਐਚਐਸ ਐਚਐਸਆਰਪੀ ਫਿਟਮੈਂਟ ਲਈ ਬਕਾਇਆ ਰਜਿਸਟਰ ਬਕਾਇਦਾ ਜਿਹੜਾ ਰਜਿਸਟਰਡ ਵਾਨਾਂ ਦੀ ਸੂਚੀ ਵੱਲ ਲਈ ਇੱਕ ਅ ਵੈਬਸਾਈਟ ਦਿੱਤੀ ਗਈ ਹੈ www.punjabtransport.org ਤੇ ਉਪਲਬਧ ਹੈ ਇਸ ਦੇ ਨਾਲ ਹੀ ਜੇਕਰ ਆਖਰੀ ਮਿਤੀ ਤੱਕ ਇਸ ਦੀ ਪਾਲਣਾ ਨਾ ਕੀਤੀ ਗਈ ਤਾਂ ਅਜਿਹੇ ਸਾਰੇ ਵਾਹਨਾਂ ਦੇ ਚਲਾਨ ਕੀਤੇ ਜਾਣਗੇ ਵਾਹਨ ਵੈਬ ਐਪਲੀਕੇਸ਼ਨ ਵਿੱਚ ਬਲੈਕਲਿਸਟਡ ਵੀ ਕੀਤਾ ਜਾ ਸਕਦਾ ਹੈ ਦੂਜੇ ਪਾਸੇ ਐਚਐਸਆਰਪੀ ਲਿਸਟ ਤੋਂ ਬਿਨਾ ਹੋਰ ਵਾਹਨ ਜੋ ਲਿਸਟ ਵਿੱਚ ਨਹੀਂ ਹਨ ਉਹਨਾਂ ਨੂੰ ਖਿਲਾਫ ਚਲਾਨ ਮੁਹਿੰਮ ਹੈ ਜਿਹੜੀ ਸ਼ੁਰੂ 1 ਜੁਲਾਈ ਤੋਂ ਹੋ ਜਾਣੀ ਹੈ 1 ਜੁਲਾਈ ਤੋਂ ਪਹਿਲਾਂ ਪਹਿਲਾਂ ਤੁਹਾਡੇ ਕੋਲ 30 ਜੂਨ ਤੱਕ ਦਾ ਸਮਾਂ ਹੈ ਜੇਕਰ ਕਿਸੇ ਨੇ ਅਪਲਾਈ ਕਰ ਦਿੱਤਾ ਤੇ ਉਹ ਬਚੇਗਾ ਨਹੀਂ ਤਾਂ ਫਿਰ ਚਲਾਨ ਕੱਟਿਆ ਜਾਵੇਗਾ ਹੁਣ ਗੱਲ ਆਉਂਦੀ ਹੈ ਕਿ ਇਸ ਤੇ ਖਰਚਾ ਕਿੰਨਾ ਹੋਣਾ ਜੇਕਰ ਕਿਸੇ ਨੇ ਅਪਲਾਈ ਕਰਨਾ ਜੇਕਰ ਤੁਸੀਂ ਆਪਣੇ ਵਾਹਨ ਉਤੇ ਹਾਈ ਸਕਿਉਰਿਟੀ ਨੰਬਰ ਪਲੇਟ ਲਗਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਦੋ ਪਹੀਆ ਵਾਹਨ ਦੇ ਲਈ ਟਰੈਕਟਰ ਲਈ 191 ਰੁਪਏ 16 ਪੈਸੇ ਦੋ ਨੰਬਰ ਪਲੇਟਾਂ ਲਈ ਦੇਣੇ ਪੈਣਗੇ ਜੇਕਰ ਵਾਹਨ ਦੀ ਅਗਲੀ ਨੰਬਰ ਪਲੇਟ ਟੁੱਟੀ ਹੋਈ ਹੈ ਤਾਂ 128 ਰੁਪਏ ਪਿਛਲੀ ਨੰਬਰ ਪਲੇਟ ਦੇ ਲਈ 157 ਰੁਪਏ ਜਦਕਿ ਦੋਵਾਂ ਲਈ 286 ਰੁਪਏ ਦੇਣੇ ਪੈਣਗੇ ਇਸੇ ਤਰ੍ਹਾਂ ਤਿੰਨ ਪਹੀਆ ਵਾਹਨ ਲਈ 257 ਰੁਪਏ ਚਾਰ ਪਹੀਆ ਵਾਹਨ ਦੇ ਲਈ 566 ਰੁਪਏ ਹੈਵੀ ਵਾਹਨ ਹੈ ਜਿਹੜਾ ਢਵਾਟ ਵਾਈ ਕਰਦੇ ਆ 604 ਰੁਪਏ ਅਦਾ ਕਰਨੇ ਪੈਣਗੇ ਇਸ ਤੋਂ ਇਲਾਵਾ ਜੇਕਰ ਪਲੇਟ ਦਾ ਕਵਰ ਵੀ ਲਗਵਾਉਣਾ ਨਾਲ ਤਾਂ ਤੁਹਾਨੂੰ ਇੱਕ ਨੰਬਰ ਪਲੇਟ ਲਈ 100 ਰੁਪਏ ਵਾਧੂ ਚਾਰਜ ਵੀ ਦੇਣਾ ਪਵੇਗਾ ਖਰਚਾ ਕਰਨਾ ਪਵੇਗਾ ਹੁਣ ਸਵਾਲ ਆਉਂਦਾ ਹੈ ਕਿ ਫਿਰ ਅਰਜੀ ਕਿਵੇਂ ਦੇਈਏ ਆਫਲਾਈਨ ਵੀ ਤੁਸੀਂ ਜਾ ਕੇ ਸਬੰਧਤ ਕੇਂਦਰ ਤੇ ਜਾ ਕੇ ਰਜਿਸਟਰਡ ਕਰਵਾ ਸਕਦੇ ਹੋ ਨੰਬਰ ਪਲੇਟ ਪਰ ਆਨਲਾਈਨ ਵੀ ਐਸਡੀ ਸੁਰੱਖਿਆ ਜਿਹੜੀ ਸਹੂਲਤ ਦਿੱਤੀ ਗਈ ਹੈ ਸੁਰੱਖਿਆ ਰਜਿਸਟ੍ਰੇਸ਼ਨ ਪਲੇਟਾਂ ਨਗੌਨ ਲਈ www.pinjabhrsp.in ਤੇ ਜਾ ਕੇ ਅਰਜੀ ਵੀ ਦਿੱਤੀ ਜਾ ਸਕਦੀ ਹੈ ਆਪਣੇ ਵਾਹਨ ਦੇ ਵੇਰਵੇ ਭਰਨ ਤੋਂ ਬਾਅਦ ਸਮਾ ਮਿਤੀ ਫਿਟਮੈਂਟ ਸੈਂਟਰ ਦੀ ਚੋਣ ਵੀ ਕਰ ਸਕਦੇ ਹੋ ਜਿਹੜਾ ਫਿਟਮੈਂਟ ਸੈਂਟਰ ਤੁਹਾਡੇ ਨੇੜੇ ਪੈਂਦਾ ਹੋਵੇਗਾ ਇਸ ਦੇ ਨਾਲ ਹੀ ਐਚਐਸਆਰਪੀ ਦੀ ਹੋਮ ਫਿਟਲੈਂਡ ਸਹੂਲਤ ਦਾ ਲਾਭ ਵੀ ਉਠਾਇਆ ਜਾ ਸਕਦਾ ਹੈ ਜੁਰਮਾਨਾ ਕਿੰਨਾ ਹੋਵੇਗਾ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਇਹ ਜਾਣਕਾਰੀ ਆਈ ਹੈ ਕਿ ਉਸ ਸੁਰੱਖਿਅਤ ਰਜਿਸਟ੍ਰੇਸ਼ਨ ਪਲੇਟ ਨਾ ਲਗਵਾਉਣ ਦੇ ਕਰਕੇ ਮੋਟਰ ਵਹੀਕਲ ਐਕਟ 1988 ਦੀ ਧਾਰਾ 170 ਤਹਿਤ ਅਪਰਾਧ ਮੰਨਿਆ ਜਾਵੇਗਾ ਇਸ ਦੇ ਨਾਲ ਹੀ ਪਹਿਲੀ ਵਾਰ 2000 ਰੁਪਏ ਤੇ ਉਸ ਤੋਂ ਬਾਅਦ 3000 ਤੋਂ ਲੈ ਕੇ 5000 ਰੁਪਏ ਤੱਕ ਦਾ ਜੁਰਮਾਨਾ ਲਗਾਇਆ ਜਾ ਸਕਦਾ ਹੈ ਭਾਰਤ ਸਰਕਾਰ ਨੇ ਵੀ ਇਹ ਜ਼ਰੂਰੀ ਕਰ ਦਿੱਤਾ ਹੈ ਸੁਪਰੀਮ ਕੋਰਟ ਤੇ ਭਾਰਤ ਸਰਕਾਰ ਨੇ ਵਾਹਨਾਂ ਤੇ ਉਸ ਸੁਰੱਖਿਆ ਨੰਬਰ ਪਲੇਟਾਂ ਲਗਾਉਣੀਆਂ ਜ਼ਰੂਰੀ ਕਰ ਦਿੱਤੀਆਂ ਨੇ ਇਹ ਜੇ ਨਾ ਕਰਨ ਦੀ ਸੂਰਤ ਵਿੱਚ ਡਰਾਈਵਰਾਂ ਦਾ ਚਲਾਨ ਵੀ ਕੀਤਾ ਜਾਵੇਗਾ ਪਹਿਲਾਂ ਲੋਕ ਆਪਣੇ ਵਾਹਨਾਂ ਤੇ ਆਪਣੀ ਮਰਜ਼ੀ ਅਨੁਸਾਰ ਨੰਬਰ ਪਲੇਟ ਲਗਾਉਂਦੇ ਸਨ ਵਾਹਨਾਂ ਤੇ ਲੱਗੀ ਹਾਈ ਰਿਸਕ ਸਿਕਿਉਰਿਟੀ ਨੰਬਰ ਪਲੇਟ ਨੂੰ ਕੋਈ ਨਹੀਂ ਹਟਾ ਸਕੇਗਾ ਤੇ ਨਾ ਹੀ ਇਸ ਨਾਲ ਕੋਈ ਛੇੜਛਾੜ ਕਰ ਸਕੇਗਾ ਇਹ ਫੈਸਲਾ ਇਸੇ ਕਰਕੇ ਵੀ ਲਿਆ ਜਾ ਰਿਹਾ ਕਿਉਂਕਿ ਕਈ ਤਰ੍ਹਾਂ ਦੀਆਂ ਜਦੋਂ ਵਾਰਦਾਤਾਂ ਕੀਤੀਆਂ ਜਾਂਦੀਆਂ ਨੇ ਜਾਂ ਸਮਗਲਿੰਗ ਕੀਤੀ ਜਾਂਦੀ ਹੈ ਤੇ ਕਈ ਵਾਹਨਾਂ ਨੂੰ ਸਹਾਰਾ ਬਣਾਇਆ ਜਾਂਦਾ ਹੈ ਤਾਂ ਉਦੋਂ ਕਈ ਵਾਰੀ ਆਮ ਲੋਕਾਂ ਦੇ ਵੀਹਿਕਲ ਚੋਰੀ ਕਰਕੇ ਵੀ ਉਹਨਾਂ ਦੀਆਂ ਪਲੇਟਾਂ ਬਦਲ ਕੇ ਵੀ ਇਹ ਸਾਰੀਆਂ ਕਾਰਵਾਈਆਂ ਨੂੰ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਰਿਹਾ ਪਰ ਹੁਣ ਇਸ ਤਰ੍ਹਾਂ ਅਜਿਹੀਆਂ ਵਾਰਦਾਤਾਂ ਦੇ ਵਿੱਚ ਖਾਸ ਕਰਕੇ ਸਾਧਨਾਂ ਨੂੰ ਹਾਈ ਸਕਿਉਰਿਟੀ ਬਣਾਉਣ ਦੇ ਲਈ ਫੈਸਲੇ ਲਏ ਜਾ ਰਹੇ ਨੇ ਤੇ ਸ਼ਕਤੀ ਦੇ ਨਾਲ ਇਸ ਵਾਰੀ ਕਿਹਾ ਗਿਆ ਕਿ ਹੁਣ 30 ਜੂਨ ਤੋਂ ਬਾਅਦ ਮਿਤੀ ਨਹੀਂ ਵਧਾਈ ਜਾਵੇਗੀ ਜਿਨ੍ਹਾਂ ਨੇ ਹਾਈ ਸਕਿਉਰਿਟੀ ਰਜਿਸਟ੍ਰੇਸ਼ਨ ਪਲੇਟ ਐਚਐਸਆਰਪੀ ਨਹੀਂ ਲਗਵਾਈ ਤਾਂ ਅਲਗਵਾਲੈਨ ਅਪਲਾਈ ਕਰ ਲੈਣ ਉਸ ਦੇ ਸਾਰੇ ਰਾਹ ਵੀ ਦੱਸ ਦਿੱਤੇ ਗਏ ਨੇ ਫਿਟਮੈਂਟ ਸੈਂਟਰ ਤੇ ਕਦੋਂ ਜਾਣਾ ਹੈ ਕਿਹੜੀ ਤਾਰੀਖ ਮਿਲੇਗੀ ਸਮਾਂ ਮਿਤੀ ਸਾਰਾ ਕੁਝ ਦੱਸ ਦਿੱਤਾ ਗਿਆ ਔਰ ਕਿਹੜੀ ਵੈਬਸਾਈਟ ਤੇ ਅਪਲਾਈ ਕਰਨਾ ਔਰ ਜੁਰਮਾਨਾ ਪਹਿਲੀ ਵਾਰੀ 2000 ਤੇ ਦੂਜੀ ਵਾਰੀ 3 ਤੋਂ 5000 ਰੁਪਏ ਤੱਕ ਵੀ ਜਿਹੜਾ ਹੋ ਸਕਦਾ ਹੈ ਚਲਾਨ ਕੱਟੇ ਜਾ ਸਕਦੇ ਨੇ ਤਾਂ ਇਸ ਤੋਂ ਬਚਣ ਦੇ ਲਈ ਕਿ ਤੁਹਾਡਾ ਵਾਹਨ ਵੀ ਬਲੈਕਲਿਸਟ ਵਿੱਚ ਨਾ ਜਾਵੇ ਤਾਂ ਪਹਿਲਾਂ ਤੋਂ ਹੀ ਇਹ ਤੁਹਾਡੇ ਲਈ ਖਬਰ ਅਹਿਮ ਹੈ ਤੇ ਜਿਹੜੇ ਤੁਹਾਡੇ ਆਪਣੇ ਵੀਕਲ ਨੇ ਉਹਨਾਂ ਦੇ ਲਈ ਵੀ ਜ਼ਰੂਰੀ ਹੈ ਔਰ ਤੁਸੀਂ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਇਹ ਜਾਣਕਾਰੀ ਖਬਰ ਦੇ ਰੂਪ 'ਚ ਸਾਂਝੀ ਕਰ ਸਕਦੇ ਹੋ ਤਾਂ ਕਿ ਉਹਨਾਂ ਦੇ ਕੰਮ 'ਇਹ ਜਾਣਕਾਰੀ ਆਵੇ ਤੇ ਕੱਲ ਨੂੰ ਚਲਾਨ ਤੋਂ ਬਚਿਆ ਜਾ ਸਕੇ ਫਿਲਹਾਲ ਤੁਸੀਂ ਬਣੇ ਰਹੋਏ ਵੀ ਸੀ ਪੰਜਾਬ ਦੇ